ਫੌਜੀ ਦਾ ਆਇਆ ਫੋਨ ਤੇ ਜੇ ਉਹਦੇ ਕੋਲ ਕਿਸੇ ਵੀ ਗੱਲ ਦੀ ਭੋਰਾ ਵੀ ਪੈਂਟ ਪੈ ਗਈ ਨਾ ਉਹਦੇ ਕੰਨੀ ਤੇ ਮੈਥੋਂ ਬੁਰਾ ਕੋਈ ਨਹੀਂ ਮੈਂ ਚੱਕਣੀ ਆ ਵੀ ਤਿੰਨ ਪੌੜੀ ਤੇ ਪੇਕੇ ਵੱਜਣਾ ਨਾ ਦੇ ਨਾਲ ਮਜ਼ਾਕ ਨੂੰ ਨਾ ਵਿਆਹ ਹੁਣ ਦੇਵਾਂ ਤੇ ਨਾ ਕਰਾਵਾਂ ਜ਼ਿੰਦਗੀ ਤੂੰ ਵੀ ਬਰਬਾਦ ਹੋ चलो मौके देखो जो मेरे को लुट लग्या कर लागे मम्मी ना बहुत वड्डा ना फिर पहली पहली बार गए बंदे नूं साल भर भी छुट्टी छे महीने ना पता कि लगे फोन कर लो अज कर लें छुट्टी नी मिलनी रखा ठीक है बस वधिया तू दस कि चल फिर तो बाली वधिया गल है चल ठीक है मैं कहनी लाडी भी कर दें तैयारी चल बस ठीक है तू आदि जिम्मेवारी समझ के आता वो करी ठीक है चल ठीक है मैं तैयारी कर दी फिर सवेर की चल नहीं ओदा ठीक है चाची घर बार भी वधिया लग्या ते मुंडा भी सोहना बाकी तू पुछ ला भी लाइन देन दा इन्हां दी की मांग आ नहीं मासी अपनी कोई मंग नहीं सोनू पता बई मैं ड्यूटी जाना मैं आ 20 दिनां नूं मैं ड्यूटी जा वड़ूंगा पर मैनू कुड़ी इह जी चाहीदी है जिहड़ी बाद च मेरे मां प्यो दी सेवा करे इह जी तां बई कोई गल नहीं साडी कुड़ी बहुत सैणी है इस गल्लों दा बापू बाकी तू आपे गल कर ला बस गल इही है बतौर करने आ वी कल नूं जवाक कोई इह जा शूका होवे बई मंगणी कहे मैं जो ओह बागा मैं तां उठी जाणा मगर ਵੀ ਅਸੀਂ ਤਾਂ ਦੇਖਾਂਗੇ ਘਰੇ ਰੱਖਾਂਗੇ ਕੁੜੀ ਨੂੰ ਆਪਣੇ ਕੋਲੇ ਉਹ ਤਾਂ ਠੀਕ ਹੈ ਜੀ ਗੱਲ ਹਾਂ ਕਹਿੰਦਾ ਤਾਂ ਸਾਡਾ ਜੀ ਲੱਗਿਆ ਰਹੂਗਾ ਹੁਣ ਕੀ ਪਤਾ ਹੁੰਦਾ ਬੰਦੇ ਦਾ ਫਿਰ ਬਾਕੀ ਇਹਦੀ ਮਾਤਾ ਢਿੱਡੀ ਮਿੱਸੀ ਰਹਿੰਦੀ ਹੈ ਦੇਖੋ ਉਦੋਂ ਕੰਮ ਨਹੀਂ ਹੁੰਦਾ ਰੋਟੀ ਟੁੱਕ ਪਕਾਉਣਾ ਚਾਹ ਪਾਣੀ ਫੜਾਉਣਾ ਸਦਿਆਂ ਬੰਦੇ ਨੂੰ ਇਸ ਗੱਲ ਦੇ ਮਾਰੀ ਦੱਸਿਆਣਾ ਧੀ ਪੁੱਤ ਭਾਲਦੇ ਰੁਪਈਆ ਤਾਂ ਕੋਈ ਚੀਜ਼ ਨਹੀਂ ਲੜੀ ਅਸੀਂ बारी बारी गेड़े नहीं लाउंदे ते तुसीं इत्थों मंगा लो खम्मणी खम्मणी आपां रिश्ता पक्का कर ही जांदे आ बाकी भाई चल इह वी ठीक आ कोई गल खम्मणी बन लैणे आपां ਵੀ ਅਸੀਂ ਮਤਲਬ ਇਕੱਠ ਵੱਠ ਨਹੀਂ ਕੋਈ ਕਰਦੇ ਜਾਂ ਚੁੰਨੀ ਚੜਾਵੇ ਕਰਾ ਕੇ ਨਹੀਂ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਜੀ ਉਹ ਤਾਂ ਚੰਗੀ ਗੱਲ ਹੈ ਟਾਈਮ ਥੋੜਾ ਲੱਗਦਾ ਬੇਟੇ ਮੇਰੇ ਕਈ ਵਾਰੀ ਐ 10-15 ਦਿਨਾਂ ਚ ਜਵਾਬ ਅੱਜ ਦਿਨ ਬੰਨ ਲਿਆ ਉਹ ਕਰ ਲਿਆ ਵੀ ਹੁਣ ਜੇ ਤੁਸੀਂ ਰਾਜੀ ਹੋ ਇਸ ਗੱਲ ਤੇ ਸਾਰਾ ਕੁਝ ਦੇਖ ਲਿਆ ਤੁਸੀਂ ਹਾਂਜੀ ਹਾਂਜੀ ਜ਼ਮੀਨ ਦੇਖ ਲਓ ਜਦੋਂ ਮਰਜ਼ੀ ਨਹੀਂ ਉਹ ਤਾਂ ਹੀ ਹੁਣ ਬਾਕੀ ਜ਼ਮੀਨਾਂ ਜਦੋਂ ਕੋਈ ITO ਨਹੀਂ ਜਦੋਂ ਜਵਾਕ ਹੀ ਨੌਕਰੀ ਲੱਗਿਆ ਹੋਇਆ ਸਾਡਾ ਤਾਂ ਫਰਜ਼ ਕਿਹੜਾ ਹੈ ਬੇਟੇ ਹੈਗਾ ਨਾ ਵੀ ਅਗਲਾ ਕਹਿੰਦਾ ਹੁਣ ਕਾਹਲ ਕਰਦੇ ਕਾਹਲ ਸਾਨੂੰ ਇਹ ਹੈਗੀ ਜਵਾਬ ਦੀ ਚਲ ਨਹੀਂ ਉਹਦਾ ਕੋਈ ਗੱਲ ਨਹੀਂ ਬਾਕੀ ਜਿਹੜਾ ਕੋਈ ਆਪਾਂ ਖਰਚਾ ਵਰਚਾ ਲੋਕਾਂ ਨੂੰ ਖਵਾਉਣ ਤੇ ਕਰਨਾ ਉਹੀ ਕੋਈ ਆਦੇ ਧੀ ਪੁੱਤ ਨੂੰ ਚੀਜ਼ ਦੇ ਦਿੰਦਾ ਬਸ ਉਹ ਤੁਸੀਂ ਆਪਦੀ ਮਰਜ਼ੀ ਨਾਲ ਜਿਹਨੇ ਧੀ ਦੇਤੀ ਦੇ ਸਭ ਕੁਝ ਦਿੱਤਾ ਭਾਈ
ਆਪਦੀ ਮਰਜ਼ੀ ਨਾਲ ਸਾਡੇ ਮੈਨੂੰ ਕੁਛ ਕੱਖ ਦਿਓ ਲੱਖ ਦਿਓ ਸਾਨੂੰ ਪੇਟੀਆਂ ਪੈਂਦਾ ਬੜਾ ਲਾਲਚ ਪੇਟੀਆਂ ਪੁੱਟੀਆਂ ਦੇ ਦਿਓ ਅਤੇ ਮੇਰੇ ਚੱਕੀ ਫਿਰਾਂਗੇ ਕੋਈ ਫਾਇਦਾ ਨਹੀਂ ਜਿਹੜਾ ਕੋਈ ਦੋ ਪੈਸੇ ਲਾਉਣੇ ਆ ਉਹੀ ਪੇਟੀਆਂ ਬਣਾਉਂਦੇ ਆਪਣੀ ਜਵਾਕੜੀ ਦੇ ਨਾਂ ਹੀ ਚਲਾ ਦੇਵਾਂ ਹਾਂਜੀ ਹਾਂਜੀ ਉਹ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਜਸ, ਮੇਰੀ ਤਾਂ ਹੋ ਗਈ ਛੁੱਟੀ ਪੂਰੀ ਤੇ ਮੈਂ ਹੁਣ ਚੱਲਿਆ। ਮੇਰੇ ਜਾਣ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੇਰੇ ਬੇਬੇ ਬਾਪੂ ਦਾ ਤੂੰ ਖਿਆਲ ਰੱਖੇ। ਕੋਈ ਗੱਲ ਨੀ, ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ, ਤੁਸੀਂ ਬਾਰਡਰ ਦੇ ਉੱਤੇ ਲੋਕਾਂ ਦੀ ਰਾਖੀ ਕਰੋ ਤੇ ਇਹਨਾਂ ਦੀ ਰਾਖੀ ਵਾਸਤੇ ਮੈਂ ਹੈਗੀ ਆ। ਠੀਕ ਹੈ, ਚੱਲ ਠੀਕ ਹੈ ਬਾਪੂ, ਟਾਈਮ ਹੋ ਗਿਆ, ਫਿਰ ਉਹ ਮੈਨੂੰ ਡਿੱਕੀ ਜਾਂਦੇ ਹੋਣਗੇ। ਚੰਗਾ ਪੁੱਤ, ਚੰਗਾ ਬੇਬੇ, ਚੰਗਾ ਪੁੱਤ, ਜਿਆਦਾ ਧਿਆਨ ਨਾ ਦੇ ਪੁੱਤ। ਠੀਕ ਹੈ ਬਾਪੂ। ਲੈ ਬੇਟਾ, ਹੁਣ ਤੱਕ ਤਾਂ ਆਪਾਂ ਕੰਮ ਧੰਦੇ ਚ ਕਰਦੇ ਪਏ ਤੇ ਚਾਹ ਦੀ ਘੁੱਟ ਬਣਾ ਪਈ ਆ, ਜਦੋਂ ਸਵਾਦ ਬਣਾਉਣਾ ਪੈ ਗਿਆ ਵਧੀਆ। ਚਾਹ ਜੋ ਆਪਦੀ ਆਪੇ ਬਣਾ ਲਓ, ਜਿੰਨਾ ਚਿਰ ਫੌਜੀ ਸੀਗਾ ਉਹਨਾਂ ਚਿਰ ਸੀਗੀ ਸੇਵਾ ਤੇ ਆਪਦਾ ਆਪੇ ਕਰਿਆ ਜਾਂਦਾ, ਕਰ ਲਓ, ਮੈਥੋਂ ਨੀ ਹੁੰਦੀ। ਤੂੰ ਬਣਾ ਲਓ ਜੀ ਚਾਹ ਜਿੰਨੀ। ਚੱਲ ਕੋਈ ਨੀ, ਮੈਂ ਬਣਾ ਲਈ। ਠੀਕ ਹੈ, ਸਤਿ ਸ੍ਰੀ ਅਕਾਲ ਮਾਂ, ਕਿਵੇਂ ਆ? ਮੈਂ ਤਾਂ ਵਧੀਆ। ਹਾਂ, ਫੌਜੀ ਗਿਆ, ਆਪਾਂ ਪੂਰੀ ਟੌਰ ਖਰੀਦੀ ਆ, ਬਸ ਕੱਲੀ ਪੂਰੇ ਖਿੱਚ ਕੇ ਰੱਖੇ ਹੋਏ ਆ, ਜਿਵੇਂ ਤਾਂ ਮੈਨੂੰ ਕਿਹਾ ਸੀ। ਲੈ ਬੁੜੀ, ਮੈਂ ਲਾ ਰੱਖੀ ਆ ਮੂਹਰੇ, ਬੁੜੇ ਤਾਂ ਚਕਾਈ ਦਾ ਗੋਹਾ। ਨਾ ਨਾ, ਮੈਂ ਟੈਚਣੀ ਜਾਣਦੀ ਇਹਨਾਂ ਨੂੰ। ਨਹੀਂ ਨਹੀਂ ਨਹੀਂ, ਫੌਜੀ ਨੂੰ ਲੈ, ਫੌਜੀ ਨੂੰ ਕਿਵੇਂ ਦੱਸ ਦੇਣਗੇ, ਪੂਰੇ ਧਮਕਾ ਕੇ ਰੱਖੇ ਹੋਏ ਆ। ਤਾਂ ਹੀ ਤਾਂ ਕਹਿੰਦੀ ਹਾਂ, ਜੇ ਹੁਣੀ ਡਰਾ ਕੇ ਰੱਖੂੰਗੀ ਤਾਂ ਉਹਦੇ ਆਏ ਤੋਂ ਵੀ ਕੁਛ ਕਰਨਗੇ। ਲੈ ਨਹੀਂ ਤਾਂ ਕੰਨ ਭਰ ਦੇਣਗੇ ਉਹਦੇ। ਹਾਂ ਠੀਕ ਹੈ। ਨਹੀਂ ਨਹੀਂ ਨਹੀਂ, ਮੈਂ ਤਾਂ ਪੂਰਾ ਐਂ ਕਰਕੇ ਰੱਖੇ ਹੋਏ ਆ। ਚੱਲ ਠੀਕ ਹੈ, ਦੇਖਦੀ ਹਾਂ ਬੁੜੀ ਤੁਸੀਂ ਆਉਂਦੀ ਹੈ ਕੀ ਕਹਿੰਦੀ ਹੈ। ਚੰਗਾ ਫਿਰ ਜਸਪੁੱਤ।
ਮੇਰੀ ਗੱਲ ਸੁਣੋ, ਆ ਜਾ ਪੁੱਤਰ ਪੁੱਛਣਾ ਕਰਨੀ ਜਾ ਕੇ ਆਈਏ। ਮੈਂ ਇੱਥੋਂ ਨਹੀਂ ਜਾਈਦਾ, ਉਹਨੂੰ ਬੁੜੇ ਨੂੰ ਲੈ ਜਾ, ਉਹਨੂੰ ਰੱਖ ਕੇ ਕੀ ਕਰਾਉਣਾ। ਉਹ ਤਾਂ ਹੁਣ ਖੇਤ ਗਿਆ ਤੇਰੇ ਸਾਹਮਣੇ, ਆਪਾਂ ਬਸ ਪਾਣੀ ਪਿਆ ਕੇ ਆਉਣਾ, ਪੁੱਤ ਬਣ ਕੇ ਮੇਰੇ ਨਾਲ ਆ ਜਾ, ਮੈਥੋਂ ਇਕੱਲੀ ਤਾਂ ਨਹੀਂ ਲੋਟ ਆਉਂਦਾ। ਮੈਨੂੰ ਤਾਂ ਮੁਸ਼ਕ ਮਾਰਦੀ ਆ ਪਸ਼ੂਆਂ 'ਚੋਂ, ਮੈਂ ਨਹੀਂ ਕਰ ਸਕਦੀ, ਕਰਿਆ ਜਾਂਦਾ ਕਰ ਲਓ, ਨਹੀਂ ਉਹਨਾਂ ਨੂੰ ਦਫਾ ਕਰੋ ਵਿੱਚੋਂ। ਲੈ ਐਂ ਕਿਵੇਂ ਵੇਚ ਦਈਏ ਪੁੱਤ, ਇੰਨਾ ਟਾਈਮ ਹੋ ਗਿਆ ਸਾਨੂੰ ਉਹਨਾਂ ਨੂੰ ਸਾਂਭਦਿਆਂ ਨੂੰ, ਹੈ ਹੁਣ ਉਹ ਸੂਣ ਵਾਲੀਆਂ ਦੁੱਧ ਵਾਲੀਆਂ ਹੋਣ ਲੱਗੀਆਂ, ਹੁਣ ਉਹਨਾਂ ਨੂੰ ਅਸੀਂ ਵੇਚ ਦਈਏ। ਕੁੜੀਏ ਤੈਨੂੰ ਇੱਕ ਵਾਰੀ ਸੁਣਦਾ ਨਹੀਂ ਕਿਹਾ, ਜਾਣਾ ਹੈ ਜਾ, ਨਹੀਂ ਜਾਣਾ ਨਾ ਜਾ, ਮੈਥੋਂ ਨਹੀਂ ਜਾਈਦਾ। ਚੱਲ ਭਾਈ ਮੇਰਾ ਤਾਂ ਕੰਮ ਆ, ਮੈਨੂੰ ਤਾਂ ਕਰਨਾ ਹੀ ਪਊਗਾ, ਤੈਨੂੰ ਤਾਂ ਸਰ ਜੂਗਾ। ਬਣੀ ਦੇਖ ਫਿਰਦੀ, ਕਰਿਆ ਨਹੀਂ ਜਾਂਦਾ, ਕਹਿੰਦਾ ਪਹਿਲੀ ਰੋਟੀਆਂ ਤੋੜਨ ਨੂੰ ਆ। ਕੁਛ ਨੀ, ਮੈਂ ਤਾਂ ਇੱਧਰ ਬਾੜੇ ਚ ਆਈ ਸੀ ਗੋਹਾ ਜਿਹਾ ਚੱਕਣ। ਹੋਰ ਘਰੇ ਕੰਮ ਵੀ ਨੀ ਨਿਬੜਦੇ। ਤੈਨੂੰ ਪਤਾ ਹੈਗਾ ਚੱਲ ਕੋਈ ਨੀ, ਉਸ ਨਹੀਂ ਬਸ ਤੂੰ ਕੁੱਟਿਆ ਵਾ, ਜਿਹੜਾ ਹੈਗਾ ਤਾਂ ਕਰਨਾ ਹੀ ਪੈਣਾ ਆਪਾਂ ਨੂੰ। ਉਹ ਕਮਾਣਾ ਜੀ ਲਾ ਕੇ ਕੋਈ ਹੋਣੀ। ਹਾਂਜੀ ਹਾਂਜੀ, ਬਸ ਮੈਂ ਪਹੁੰਚ ਗਈ, ਘਰੇ ਮੈਂ ਕਰਾਉਣੀ ਆ ਗੱਲ। ਬਾਪੂ ਜੀ ਕਿੱਥੇ ਆ? ਮੇਰੀ ਸੁਣ ਲਓ ਇੱਕ ਗੱਲ, ਫੌਜੀ ਦਾ ਆਇਆ ਫੋਨ ਤੇ ਜੇ ਉਹਦੇ ਕੋਲ ਕਿਸੇ ਵੀ ਗੱਲ ਦੀ ਭੋਰਾ ਵੀ ਪੈਂਕ ਪੈ ਗਈ ਨਾ ਉਹਦੇ ਕੰਨੀ, ਤੇ ਮੈਥੋਂ ਬੁਰਾ ਕੋਈ ਨੀ, ਮੈਂ ਚੱਕਣੀ ਆ ਦੀ ਟਿੰਡ ਪੌੜੀ ਤੇ ਪੇਕੇ ਵੱਜਣਾ। ਨਾ ਦੇਵਾਂ ਤਲਾਕ ਉਹਨੂੰ, ਨਾ ਵਿਆਹ ਹੁਣ ਦੇਵਾਂ ਤੇ ਨਾ ਕਰਾਵਾਂ ਜ਼ਿੰਦਗੀ ਤੂਹਾਂ ਦੀ ਬਰਬਾਦ ਹੋਊ, ਤੁਹਾਡੀ ਵੀ ਤੇ ਉਹਦੀ ਵੀ। ਸੁਣ ਗਿਆ? ਆ ਉਹਦੇ ਨਾਲ ਗੱਲ ਕਰ ਲਓ ਬੰਦਿਆਂ ਨੂੰ। ਹੈਲੋ ਹੈਲੋ, ਹਾਂਜੀ ਹਾਂਜੀ, ਕਿਵੇਂ ਆ? ਹਾਂ ਬਾਪੂ ਕਿਵੇਂ ਆ? ਠੀਕ ਹੈ, ਵਧੀਆ। ਜਮਾ ਜਮਾ ਠੀਕ ਠਾਕ ਹੈ, ਵਧੀਆ, ਤੰਦਰੁਸਤੀਆਂ, ਤੂੰ ਦੱਸ ਕਿਵੇਂ ਆ? ਬੇਬੇ ਕਿਵੇਂ ਆ? ਬੇਬੇ ਵਧੀਆ ਗੀ। ਬਸ ਬਸ, ਬਹੁਤ ਬਹੁਤ ਜਿਆਦਾ ਖਿਆਲ ਹੈ, ਜਿੰਨਾ ਕਹਿੰਦੇ ਓਨਾ ਖਿਆਲ ਹੈ। ਤੂੰ ਕਿਉਂ ਸੰਸਾ ਕਰਨਾ? ਮਹਾਂ ਜਮਾ ਠੀਕ ਹੈ, ਤੂੰ ਬਾਪ ਦਾ ਜ਼ਿੰਦਗੀ ਜਿਉਂ ਵਧੀਆ, ਸਹੀ ਸਾਡਾ ਵਧੀਆ ਗੁਜ਼ਾਰਾ ਹੋਈ ਜਾਂਦਾ, ਬਹੁਤ ਵਧੀਆ। ਹਾਂ ਕੋਈ ਕੋਈ ਪੁੱਤ ਜਾ ਕਰ ਲਓ, ਗੱਲ ਹਾਂ ਕੋਈ ਤੇਰੀ ਮਾਂ ਨਾਲ ਗੱਲ ਫਿਰ ਕਰਾ ਲੂ ਮੈਂ, ਹੁਣ ਚੱਲ ਤੇਰੇ ਬੋਲ ਵੱਜ ਗਿਆ, ਜਾ ਤੂੰ ਕੋਈ ਕੋਈ ਸ਼ਾਬਾਸ਼ ਲੈ ਪੁੱਤ। ਕਿੰਨੀ ਸੇਵਾ ਤਾਂ ਕਰਦੀ ਆ ਤੇਰੀ, ਕੰਮ ਦਾ ਕੁਛ ਨਹੀਂ ਹੁੰਦਾ।
ਮੰਮੀ ਮੱਲੋ ਮੱਲੀ ਕੰਮ ਕਰਨ ਲੱਗ ਜਾਂਦੇ। ਲੈ ਮੈਂ ਹੁਣ ਚਾਹ ਬਣਾਉਣ ਗਈ ਸੀ ਬਾਪੂ ਜੀ ਵਾਸਤੇ, ਉਹਨੇ ਟਾਈਮ 'ਚ ਮੰਮੀ ਨੇ ਆ ਕੇ ਝਾੜੂ ਚੱਕ ਲਿਆ। ਕੀ ਕਰਾਂ, ਸਾਰਾ ਦਿਨ ਕਹਿੰਦੇ ਰਹਿੰਦੇ ਵੀ ਆਰਾਮ ਕਰ ਲਓ, ਮੰਨਦੇ ਹੀ ਨੀ ਮੇਰੀ। ਉਹੀ ਤਾਂ ਗੱਲ ਹੈ ਬੇਬੇ, ਹੁਣ ਤੇਰੀ ਉਮਰ ਹੋ ਗਈ, ਉਹ ਦੇਖ ਲੈ ਹੁਣ ਤੇਰੀ ਨੂੰਹ ਤੇਰੀ ਕਿੰਨੀ ਸੇਵਾ ਕਰਦੀ ਹੈ, ਤੂੰ ਸੇਵਾ ਕਰਾ ਲੈ। ਚੱਲ ਪਤਾ ਐ ਚ ਕਹਿੰਦੇ ਸੀ, ਮੈਂ ਤਾਂ ਬੈਠੀ ਦੇ ਹੱਡ ਗੋਡੇ ਜੁੜ ਜਾਣਗੇ, ਵੀ ਚੱਲ ਥੋੜਾ ਬਹੁਤ ਕੰਮ ਮੈਂ ਕਰਾ ਦਿੰਦੀ ਇਹਦੇ ਨਾਲ। ਹੋਰ ਬਾਪੂ ਠੀਕ ਹੈ? ਫਸਲ ਬੜੀ ਵਧੀਆ ਵਧੀਆ ਠੀਕ ਹੈ। ਅਸੀਂ ਪਿਉਦੀ ਨਹੀਂ ਤੇ ਤੱਤੀ ਤੱਤੀ ਜਾ ਬਸ ਹਾਰ ਲੈ ਆ ਜਾ ਪਾਣੀ। ਹੋਰ ਠੀਕ ਰਿਹਾ? ਬਾ ਵਧੀਆ ਬਾਪੂ, ਛੁੱਟੀ 2 ਦਿਨਾਂ ਦੀ ਮਿਲੀ ਹੈ ਮੈਨੂੰ ਤੇ ਮੈਂ 2 ਦਿਨਾਂ ਬਾਅਦ ਜਾਣਾ ਹੈ, ਤੇ ਜਿਹੜੇ ਕੰਮ ਕਰ ਹੈਗੇ ਆ ਪੈਸੇ ਤੇ ਲੈ ਲੋੜਾ ਮੈਨੂੰ ਦੱਸ ਦੇ, ਮੈਂ ਸਾਰੇ ਕਰ ਜਾਣਾ। ਠੀਕ ਠਾਕ ਵਧੀਆ ਸਾਰਾ ਕੁਝ, ਤੋਂ ਕੋਈ ਹੋ ਨਹੀਂ ਤੂੰ ਆਪਣਾ ਜ਼ਿੰਦਗੀ ਜੋ ਵਧੀਆ ਇਸ ਨਾਲ ਸਾਰਾ ਕੁਝ ਠੀਕ ਠਾਕ ਹੈ। ਹਾਂ ਚੱਲ ਮੈਂ ਜਾਣਾ ਮਾੜਾ ਜਾ, ਜਸ ਨਾਲ ਗੱਲ ਕਰ। ਹਾਂ ਕਰ ਲੈ ਗੱਲ, ਪੁੱਤ ਕੋਈ ਕਰ ਲੈ। ਆਪਣੇ ਨੇੜੇ ਇੱਥੇ ਪਟਿਆਲੇ, ਤੇ ਮੈਂ ਚੱਲ ਮੈਂ 2 ਦਿਨ ਘਰੇ ਲਾਇਆ ਵਾ, ਨਾਲੇ ਜਿਹੜੇ ਕੰਮ ਧੰਦੇ ਨਵੇੜੇ ਆਊਗਾ। ਤੁਹਾਨੂੰ ਪਤਾ ਮੇਰਾ ਇਕੱਲੀ ਦਾ ਜਮਾਂ ਜੀ ਨਹੀਂ ਲੱਗਦਾ ਇੱਥੇ, ਹੁਣ ਤੁਸੀਂ ਮੈਨੂੰ ਨਾਲ ਲੈ ਕੇ ਜਾਇਓ ਇਸ ਵਾਰ। ਜੀ ਤਾਂ ਮੇਰਾ ਵੀ ਨਹੀਂ ਲੱਗਦਾ, ਪਰ ਹੁਣ ਕੀ ਕਰਾਂ, ਆ ਸਰਕਾਰਾਂ ਕਿਤੇ ਸੁਣਨੀਆਂ ਆਪਣੀਆਂ। ਨਹੀਂ ਜੀ, ਜਾਂ ਤਾਂ ਤੁਸੀਂ ਮੈਨੂੰ ਨਾਲ ਲੈ ਕੇ ਜਾਇਓ, ਨਹੀਂ ਤਾਂ ਫਿਰ ਮੈਂ ਪੇਕੇ ਚਲੇ ਜਾਊਂਗੀ। ਪੇਕੇ ਕਿਉਂ ਜਾਣਾ, ਮੇਰੀ ਗੱਲ ਸੁਣ, ਤੇਰੇ ਭਰਾ ਨਾਲ ਮੈਂ ਖੋਲ ਕੇ ਗੱਲ ਕਰੀ ਸੀ ਕਿ ਮੈਨੂੰ ਕੁੜੀ ਇਹੋ ਜਿਹੀ ਚਾਹੀਦੀ ਹੈ ਜਿਹੜੀ ਮੇਰੇ ਮਾਂ ਪਿਓ ਦੀ ਸੇਵਾ ਕਰੇ, ਤੇ ਤੂੰ ਹੁਣ ਆਏ ਕਰੀ ਜਾਂਦੀ ਹੈ। ਮੇਰੀ ਗੱਲ ਸੁਣੋ, ਸਾਰਾ ਦਿਨ ਕੰਮ ਕਰਨ ਤੋਂ ਬਾਅਦ ਕੀ ਰਹਿ ਜਾਂਦਾ, ਸਾਰਾ ਦਿਨ ਵਿਹਲਾ ਕੱਟਣਾ ਪੈਂਦਾ ਮੈਨੂੰ, ਨਾ ਕੋਈ ਇੱਥੇ ਮੇਰੀ ਫਰੈਂਡ ਹੈ ਨਾ ਕੁਛ ਹੋਰ। ਉਹ ਨਾਲੇ ਫਿਰ ਹੁਣ ਡਿਊਟੀ ਕਿੰਨੀ ਕਰੇਗੀ, ਆ ਥੋੜੀ ਤਾਂ ਡਿਊਟੀ ਪਈ ਹੈ ਜੇ, 8-10 ਸਾਲਾਂ ਬਾਅਦ ਮੈਂ ਘਰੀ ਆ, ਘਰੀ ਰਹੂੰਗਾ ਤੇਰੇ ਕੋਲੇ 8-10 ਸਾਲ, ਤੂੰ ਕੱਢ ਲਾ ਮੇਰੇ ਤੋਂ ਬਿਨਾ। ਮੈਨੂੰ ਨਹੀਂ ਪਤਾ, ਜੇ ਤਾਂ ਮੈਨੂੰ ਨਾਲ ਲੈ ਕੇ ਜਾਣਾ ਠੀਕ ਹੈ, ਨਹੀਂ ਤਾਂ ਫਿਰ ਮੈਂ ਪੇਕੇ ਵੱਗ ਜਾਊਂਗੀ। ਜੇ ਇਹੀ ਗੱਲ ਆ ਤਾਂ ਜਾ ਵੱਗ ਜਾ। ਹੁਣ ਤਾਂ ਆਇਆ ਸੀ, ਨਾ ਕੋਈ ਚਾਹ ਨਾ ਪਾਣੀ। ਬਾਪੂ ਆ ਬਤ, ਕੋਈ ਗੱਲ ਹੋਈ ਹੈ ਘਰੇ? ਕੋਈ ਗੱਲ ਨਹੀਂ ਹੋਈ ਘਰੇ। ਤੇ ਜਸ ਨੇ ਕੀ ਰੱਟ ਲਈ ਹੈ, ਕਹਿੰਦੀ ਮੈਂ ਤੇਰੇ ਨਾਲ ਜਾਣਾ? ਉਹ ਬਟੂ ਹੀ ਕਹਿੰਦਾ ਹੋਊਗਾ, ਜਵਾਕਾਂ ਦਾ ਜੀ ਨਹੀਂ ਲੱਗ ਗਿਆ ਅੱਜ ਕੱਲ੍ਹ, ਹੋਰ ਕੋਈ ਦੱਸੋ ਘਰ ਦੇ ਕੋਲ ਗੱਲ ਹੋਈ। ਤੇ ਆਪਾਂ ਤਾਂ ਗੱਲ ਦੱਸ ਕੇ ਗਲੇ ਸੀ ਨਾ ਉਹਨਾਂ ਨੂੰ, ਕਿਹਾ ਸੀ ਉਹਦੇ ਭਰਾ ਨੂੰ ਵੀ ਬਾਈ ਆਪਾਂ ਨੂੰ ਕੁੜੀ ਇਹੋ ਜਿਹੀ ਚਾਹੀਦੀ ਹੈ ਕਿ ਜਿਹੜੀ ਕਰਦੀ ਤੇ ਤੁਹਾਡੀ ਦੇਖਭਾਲ ਕਰੇ। ਉਹ ਕੋਈ ਨਹੀਂ ਪੁੱਛ, ਕੋਸੇ ਦਾ ਸਾਡੀ ਦੇਖਭਾਲ ਨੂੰ ਸਾਡੇ ਦੇ ਅੱਗ ਪੈ ਤੁਰਦੇ ਨਾ, ਜੇ ਉਹ ਨਾਲ ਜਾਣ ਨੂੰ ਕਹਿੰਦੀ ਹੈ ਜਵਾਕੀ ਨੂੰ ਚਾਹ ਆਉਂਦਾ ਤੂੰ ਲੈ ਜਾ ਕੋਈ ਨਾ। ਚੱਲ ਕੋਈ ਨਹੀਂ ਪੁੱਤ, ਦੇਖ ਲੈ ਜੇ ਤੈਨੂੰ ਸਹੀ ਲੱਗਦਾ ਜੇ। ਇੱਥੇ ਆ ਕੇ ਬੈਠ ਗਏ। ਬੈਠ ਕੇ ਵਾਲੀ ਗੱਲ ਨੀ ਜਸ, ਮੇਰੀ ਗੱਲ ਸੁਣ ਲਾ, ਬੇਬੇ ਬਾਪੂ ਦੀ ਸੇਵਾ ਖਾਤਰ ਤੈਨੂੰ ਲੈ ਕੇ ਆਂਦਾ ਤੇ ਬੇਬੇ ਬਾਪੂ ਦੀ ਸੇਵਾ ਹੀ ਕਰਨੀ ਹੈ ਤੂੰ, ਤੂੰ ਮੇਰੇ ਨਾਲ ਨਹੀਂ ਜਾ ਸਕਦੀ। ਮੈਂ ਤੁਹਾਡੇ ਨਾਲ ਹੀ ਜਾਊਂਗੀ, ਨਹੀਂ ਤਾਂ ਫਿਰ ਮੈਂ ਉਹਦੇ ਪੇਕੇ ਵੱਗ ਜਾਣਾ। ਬਾਪੂ ਸਮਝਾ ਲੈ ਇਹਨੂੰ। ਕਿਉਂ ਪੁੱਤ ਹਿੰਡ ਕਰੀ ਜੇ ਨਾ ਤੂੰ, ਕੀ ਖਾਸ ਗੱਲ ਹੈ ਮੇਰਾ? ਉਹ ਜਵਾਕੀ ਨੂੰ ਜਾ ਉਹਦੇ ਲੈ ਜਾ। ਉਹ ਬੁੱਢੀ ਉਮਰੇ ਸੋਨੂੰ ਕੌਣ ਸਾਂਭੂਗਾ? ਕੁਛ ਨਹੀਂ ਹੁੰਦਾ, ਅਸੀਂ ਆਪਦਾ ਟਾਈਮ ਪਾਸ ਕਰ ਲਾਂਗੇ, ਤੂੰ ਉਹ ਨਾ ਕਰ, ਲੈ ਜਾ ਇਹਨੂੰ ਨਾਲ। ਐਵੇਂ ਨਹੀਂ ਜਾ, ਆਪਦਾ ਇਹਦਾ ਬਣਾ ਕੇ ਨਾਲ ਲੈ ਜਾ। ਲਾਉ 2 ਮਹੀਨੇ ਲਾ, ਫੇਰ ਆ ਜੂ ਫਿਰ ਕਿੱਦਾਂ? ਚੱਲ ਕੋਈ ਗੱਲ ਨੀ, ਫਿਰ ਮੈਂ 2 ਦਿਨਾਂ ਦੀ ਛੁੱਟੀ ਆਇਆ, 2 ਦਿਨਾਂ 'ਚ ਮੈਨੂੰ ਪੇਪਰ ਵਰਕ ਕਰਾਉਣਾ ਪਊਗਾ, ਮੈਂ ਪੇਪਰ ਵਰਕ ਕਰਾਉਣਾ ਜਾਂ ਜਾ ਕੇ ਆਪਣੇ ਕੱਪੜੇ ਪੈਕ ਕਰ ਲਾਂ। ਥੈਂਕ ਯੂ। ਬਾਪੂ ਕਿੰਨੀਆਂ ਕੁ ਜਿੱਦਾਂ ਪਕਾਈ ਜਾਵਾਂਗੇ ਆਪਾਂ? ਉਹ ਚੱਲ ਫਿਰ ਹੁਣ ਕੀ ਗੱਲ ਹੈ ਖਾਸ, ਕੋਈ ਗੱਲ ਨਹੀਂ ਬਤਾ। ਚੱਲ ਕੋਈ ਨੀ, ਮੈਂ ਜਾ ਕੇ ਕਰਾ ਲਾਂ ਪੇਪਰ ਵਰਕ। ਸ਼ੁਕਰ ਹੈ ਜਾਣ ਦੀ, 10 ਰੁਪਏ ਕੰਮ ਦੇ ਕੇ ਕਰਾ ਲਾਂਗੇ, ਐਵੇਂ ਜਾਣ ਤਾਂ ਨਹੀਂ ਖਾਊਗੀ ਤੇ ਕੀ ਪਤਾ ਕੀ ਕਰੂ, ਕਿਤੇ ਹੋਰ ਸੈਪਾ ਨਹੀਂ। ਮੇਰੀ ਗੱਲ ਸੁਣ, ਪਹਿਲਾਂ ਵੀ ਤਾਂ ਆਪਾਂ ਆਪ ਹੀ ਫਿਰਦੇ ਆ ਕਰਦੇ, ਹੁਣ ਵੀ ਕਰ ਲਾਂਗੇ। ਕੋਈ ਨਹੀਂ ਖੁਸ਼ੇ ਦਾ, ਕੋਈ ਨਹੀਂ ਇਹਦੇ ਨਾਲ ਜਾਣ, ਉਹਦਾ ਤਾਂ ਘਰ ਬਸਿਆ ਰਹੂ ਨਾ। ਹੋਰ ਆ ਕੁਛ ਨਹੀਂ, ਕੋਈ ਗੱਲ ਤੂੰ ਕਹੀ ਨਾ, ਕਿ ਉਹਨੇ ਨੇ ਕੀ ਗੱਲ ਦੀ ਬਸ। ਨਾ ਮੈਂ ਨਹੀਂ ਕਹਿੰਦੀ, ਬਸ ਕੋਈ ਗੱਲ ਨਹੀਂ, ਉਹ ਕੱਲੀ ਦੇ ਰੁਪਏ ਤਿਆਰ ਕਰਕੇ ਪਵਾ ਦੇ ਉਹਦੇ ਨਾਲ, ਕਰਾ ਦਿੰਦੇ ਆ ਤਿਆਰ। ਕਰਾ ਦੇ ਤਿਆਰ ਅਸੀਂ ਕਰਦੇ। ਆ ਲਓ ਵੱਡ ਤਾਂ ਤੁਹਾਡਾ ਜੂੜ, ਝੋਸ ਲਓ ਜਾ, ਚੰਗੇ ਰਹਿ ਗਏ ਜਿਹੜੀ ਹਾਮੀ ਭਰਤੀ ਮੇਰੇ ਜਾਣ ਵਾਸਤੇ। ਜੇ ਕਿਤੇ ਕੋਈ ਡਿੱਕਾ ਡਾ ਦਿੰਦੇ ਤਾਂ ਇਹ ਨਹੀਂ ਸੀ ਪਤਾ ਵੀ ਇੱਥੇ ਬਣਨਾ ਕੀ ਸੀ। ਅਸੀਂ ਤੁਹਾਨੂੰ ਕੀ ਕਿਹਾ ਪੁੱਤ, ਕਦੇ ਕੁਛ ਕਿਹਾ? ਵੱਧ ਘੱਟ ਗੱਲ ਤੂੰ ਕਹਿ ਵੀ ਕੀ ਦੇਗਾ ਬੁੜਿਆ, ਬੋਲ ਕੇ ਤਾਂ ਵੇਖ, ਗੱਲ ਚ ਗੂਠਾ ਕਿਹੜਾ ਨਾ ਦੇ ਦੂੰ। ਚੱਲ ਕੋਈ ਨੀ ਪੁੱਤ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲੈ, ਚੰਗੇ ਹੀ ਰਹੋਗੇ ਜੇ ਨਾ ਕੁਛ ਕਹੋਗੇ। ਤੁਹਾਡਾ ਮੁੰਡਾ ਨਾ ਮੇਰੇ ਹੀ ਹੱਥ 'ਚ ਹੈ, ਤੁਹਾਡੇ ਤੋਂ ਬਹੁਤ ਛੇਤੀ ਦੂਰ ਕਰ ਦੇਣਾ। ਤੇਰੇ ਹੱਥ 'ਚ ਚਾਹੀਦਾ ਪੁੱਤ, ਕੋਈ ਚੌਕਸ ਲੋ ਨੂੰ ਲੈ, ਪਤਾ ਨਹੀਂ ਕੀ ਚੰਦ ਚੜ੍ਹਾਉਗੀ, ਫਿਰ ਕਹਾਂ ਜਾ ਕੇ ਕੀ ਸੋਚੀ ਜਾਂਦੀ, ਹੋਰ ਸਮਝ ਤੋਂ ਬਾਹਰ ਆ ਗੱਲ, ਇਹ ਤਾਂ ਬਣਾਉਣ ਹੋ ਗਏ ਤਾਂ ਸੱਦ ਨਾ ਤੇਰੀ ਭੈਣ ਨੂੰ, ਪੁੱਛ ਵੀ ਇਹੀ ਜਾ ਜਿਹੜਾ ਸਾਨੂੰ ਬੁੱਝੜ। ਜੇ ਮੈਂ ਉਹਨੂੰ ਕੁਛ ਕਹਿੰਦੀ ਹਾਂ ਫੋਨ ਕਰਕੇ, ਫਿਰ ਗੱਲ ਮੁੰਡੇ ਤੱਕ ਜਾਂਦੀ ਹੈ,
फिर इन्हों का घर पट्टिया जाऊगा, उन्हें कुछ कह नहीं देना गा। जिंदगी जावे कोई नी, जिम्मे चली जाता चली जान दे। क्यों किवे रही हजे तक गाह गाह वेखो थोड़ा पुत थोड़े नाल करता की है। मेनू लगे सी समझा छुट्टी तां मिली है, झूठ क्यों कहना। आपां बेबे बापू नूं दस दिंदे आ वी मैं ब्याह ते जाणा। क्यों असीं आपदे वास्ते कोई टाइम नहीं कढ़ना हुंदा पर्सनल। चल कोई गल नहीं, मैं कह देना भी साहब ने ऐसी छुट्टी मंजूर नहीं करी, ठीक है। चल कोई गल नहीं, फिर चलते हैं, समान समून आदा पैक कर ला, जेड़े कपड़े लीड़े लेने हैं सारे दी लिस्ट बना ला, ते आपां चलते हैं फिर लेके आने हैं। दिन केड़े आ, 28 दिन दी छुट्टी मिली है। मैनूं तां बहुत चा चढ़िया पैगा दोनों दे। चल फिर आ जा, चलो चलो चलते हैं शॉपिंग कर। नौकरी ते भेजना पै गया, एह जी नूं आई है उन्हें गुलाम कर लिया, हुण कोई पासा नहीं दिंदा, इह तां हड्ड हुण देने पैणगे। किसे नूं दसण जोगरे भी नहीं आ पता, जे पुत नूं सारी गल दस दे ਤਾਂ ਉਹਦਾ ਘਰ ਪੱਟੀ ਦਾਗਾ। ਉਹ ਇਹ ਤਾਂ ਇੱਕ ਦਿਨ ਤਾਂ ਪਤਾ ਲੱਗੂਗਾ ਕਿੰਨਾ ਕੁ ਚਿਰ ਲੁਕੋ ਲੈਗੀ। झाड़ू पोचे असी लाने, सारा दिन इन खेत च काम भेजी रखदी सीगी। ते फिर तुसी मैनू एक बारी तां गल कर दे मेरे नाल, मैं आपे ओहदे भरा नाल गल कर दी। तेरे कोल की गल कर दे, जवाक दा दिल पुछिया लोड़ी दा सीगा, तू जाके ओहदे कोल गल कर दी, असी आखिया ओहदा की बनूगा। ਉਹ ਤਾਂ ਸਾਨੂੰ ਇਹ ਗੱਲ ਕਹਿੰਦੀ ਜੇ ਤੁਸੀਂ ਉਹਦੇ ਕੋਲ ਗੱਲ ਕਰੋਗੇ
ਤਾਂ ਮੈਂ ਤੁਹਾਡੇ ਮੁੰਡੇ ਨੂੰ ਤਲਾਕ ਦੇ ਦੂੰਗੀ, ਨਾ ਮੈਂ ਤੁਹਾਡੇ ਮੁੰਡੇ ਦਾ ਵਿਆਹ ਹੋਣ ਦੇਵਾਂ, ਨਾਲੇ ਤੁਸੀਂ ਧੱਕੇ ਖਾਓਗੇ, ਨਾਲੇ ਉਹ ਧੱਕੇ ਖਾਊਗਾ। ਤੁਸੀਂ ਇੱਕ ਵਾਰ ਤਾਂ ਮੈਨੂੰ ਦੱਸਣਾ ਸੀ ਮੈਂ ਜੇ ਗੱਲ ਸੁਲਝਦੀ, ਸੁਲਝਾ ਰਹਿੰਦੇ, ਹੁਣ ਤੁਸੀਂ ਤਾਂ ਆਹ ਹਾਲ 'ਚ ਬੈਠੇ ਹੋ। ਉਹ ਮੈਂ ਉਹਨਾਂ ਨਾਲ ਜਾਵੜੀ, ਉਹ ਲਾਈਤੀ ਤਾਂ ਤੁਹਾਡੀ ਦੇਖਭਾਲ ਵਾਸਤੇ ਸੀ ਵੀ ਕੁੜੀ ਸਿਆਣੀ, ਤੇ ਫਿਰ ਕੀ ਫਾਇਦਾ ਹੋਇਆ, ਨਾਲੇ ਮੇਰੀ ਬੇਇੱਜ਼ਤੀ ਇਸ ਕੰਮ 'ਚ। ਹੁਣ ਦੇਖ, ਹੁਣ ਪਤਾ ਲੱਗ ਗਿਆ ਤੈਨੂੰ, ਹੁਣ ਕਰ ਲਿਆ ਜੇ ਤਾਂ ਕੋਈ ਹੱਲ ਹੁੰਦਾ। ਤੇ ਹੁਣ ਤਾਂ ਫਿਰ ਕਰੂੰਗੀ ਮੈਂ ਹੱਲ ਕੋਈ, ਹੁਣ ਆਏ ਤਾਂ ਲੋਟ ਨਹੀਂ ਆਉਂਦੀ। ਤੁਸੀਂ ਕਿੰਨਾ ਚਿਰ ਹਾਂ ਸਾਹ ਘੁੱਟ ਘੁੱਟ ਮਰੀ ਜਾਓਗੇ। ਅਸੀਂ ਤਾਂ ਭੈਣੇ ਐਂ ਚੁੱਪ ਕਰਕੇ ਸੀਗੇ, ਅਸੀਂ ਆਖਿਆ ਉਹਦੀ ਜ਼ਿੰਦਗੀ ਨਾ ਖਰਾਬ ਹੋਵੇ ਜਿਹੜੀ ਸਾਡੇ ਨਾਲ ਹੋਊਗੀ, ਉਹ ਤਾਂ ਦੇਖੀ ਜਾਊ, ਅਸੀਂ ਤਾਂ ਉਹਦੇ ਬਾਰੇ ਲੰਮੀ ਸੋਚ ਕੇ। ਫਿਰ ਐਂ ਤਾਂ ਲੋਟ ਨਹੀਂ ਭਾਈ, ਮੈਂ ਤਾਂ ਗੱਲ ਕਰੂੰ, ਮੈਂ ਤਾਂ ਫੋਨ ਕਰਦੀ ਹਾਂ ਫਿਰ ਮੁੰਡੇ ਨੂੰ। ਇਹ ਗੱਲ ਤਾਂ ਨਹੀਂ ਫਿਰ ਲੋਟ ਆਉਂਦੀ, ਤੁਸੀਂ ਤਾਂ ਇੱਥੇ ਲੋਕ ਕੀ ਕਹਿਣਗੇ ਵੀ ਇਹ ਜਿਹਾ ਸਾਕ ਕਰਾਇਆ ਇਹਨੇ, ਇਹਦਾ ਦੇਖ ਲਾ ਪਾਣੀ ਕਰਨ ਵੀ ਟੈਸਟ ਦੇ ਜਿਹੜਾ ਚੱਕਿਆ ਨਹੀਂ, ਇਹਦਾ ਡੁੱਲਿਆ ਪਿਆ ਦੇਖ ਪਾਣੀ ਵੀ, ਤੇ ਕੀ ਰਿਹਾ ਫਿਰ ਪੁੱਤ ਵਿਆਹ ਦਾ। ਅਸੀਂ ਹੁਣ ਤੈਨੂੰ ਕੁਛ ਨਹੀਂ ਕਹਿ ਰਹੇ, ਜਿਵੇਂ ਹੁਣ ਤੈਨੂੰ ਲੋਟ ਲੱਗਦਾ ਉਵੇਂ ਕਰ ਲੈ। ਹਾਂ ਬਸ ਹੁਣ ਤਾਂ ਮੈਂ ਆਪਦੀ ਮਰਜ਼ੀ ਕਰੂੰ ਫਿਰ, ਹੁਣ ਨਹੀਂ ਚੱਲਦੀ ਉਹਦੀ, ਠੀਕ ਹੈ ਨਾ। ਦੇਖ ਲੈ ਭੈਣ ਜੀ ਮੈਂ ਤੈਨੂੰ ਠੀਕ ਲੱਗਦਾ, ਮੈਂ ਫੋਨ ਕਰਦੀ ਹਾਂ, ਠੀਕ ਹੈ। ਫਿਰ ਤੁਸੀਂ ਹੁਣ ਕਿਸੇ ਗੱਲ 'ਚ ਨਾ ਬੋਲਿਓ, ਬਸ ਮੈਂ ਆਪਦੇ ਹਿਸਾਬ ਨਾਲ ਹੀ ਟੋਟ ਕਰੂੰਗਾ। ਅਸੀਂ ਕੀ ਬੋਲਣਾ ਭੈਣ, ਅਸੀਂ ਤਾਂ ਪਹਿਲਾਂ ਨਹੀਂ ਉਹਨੂੰ ਕੁਛ ਕਿਹਾ ਹੈਗਾ। ਹਾਂ ਬਸ ਠੀਕ ਹੈ, ਨਹੀਂ ਕਿਹਾ ਤਾਂ ਹੀ ਤਾਂ ਉਹਦੇ ਮੂਹਰੇ ਕਰੀ ਗਏ ਆ। ਜਦੋਂ ਇੱਕ ਵਾਰੀ ਦੋ ਵਾਰੀ ਕਰਦੀ ਸੀ ਗੱਲ, ਉਹਦੇ ਟੋਕੀ ਹੁੰਦੀ, ਮੂਹਰੋਂ ਰੋਕੀ ਹੁੰਦੀ, ਆਪੇ ਨਾ ਮੈਨੂੰ ਦੱਸਦੇ, ਆਪੇ ਗੱਲ ਕਰਦੇ। ਆਹ ਟੱਪੇ ਤੋਂ ਡਰ ਗਏ, ਇਹਦਾ ਟੱਪਾ ਲੈ ਲਿਆ, ਇਹ ਤੋਂ ਡਰ ਗਏ ਨਾ, ਕਹਿੰਦੀ ਮੈਂ ਤਲਾਕ ਦੇਵਾਂ, ਨਾ ਮੈਂ ਵਿਆਹ ਕਰਾਵਾਂ, ਨਾ ਕਰਨ ਦੇਵਾਂ। ਦੇਖ ਲਾ ਕਿੱਥੋਂ, ਆਪਾਂ ਤਾਂ ਆਏ ਸੀਗਾ ਵੀ ਸਿਆਣੀ ਆ ਚੱਲ ਕੁੜੀ, ਨਾ ਕੋਈ ਆਪਾਂ ਤਾਂ ਕੋਈ ਦੇਣ ਲੈਣ ਦੀ ਭੁੱਖ ਨਹੀਂ ਦਿਖਾਈ ਕੋਈ ਮੁੰਡੇ ਨੇ, ਨਹੀਂ ਭਾਈ ਆਪਾਂ ਤਾਂ ਆਹੀ ਗੱਲ ਕਰਨੀ ਸੀ। ਮੈਂ ਤਾਂ ਤੇਰੀਆਂ ਗੱਲਾਂ ਜਾ ਕੇ ਗਾਹਾਂ ਬਿੜਕ ਵੀ ਨਹੀਂ ਲੈਤੀ ਇਸ ਗੱਲ ਦੇ ਮਾਰੇ ਨੇ ਵੀ, ਜੋ ਇਹ ਕਹਾਉਂਦੀ ਹੈ ਇਹ ਇਹੋ ਜਿਹੇ ਥਾਂ ਤਾਂ ਨਹੀਂ ਖੜਾਊਗੀ। ਮੈਨੂੰ ਵੀ ਤਸੱਲੀ ਸੀ ਵੀ ਕੁੜੀ ਸਿਆਣੀ ਹੈ, ਹੁਣ ਆਏ ਕੀ ਸੀ ਗਾਹਾਂ ਕੇ ਅੰਗ ਵਟਾ ਲੂਗੀ। ਚੱਲ ਕੋਈ ਨਹੀਂ ਮੈਂ ਕਰਦੀ ਹਾਂ ਫੋਨ, ਚੱਲ ਚੰਗਾ ਫਿਰ ਮੈਂ ਜਾਂਦੀ ਹਾਂ, ਜਾ ਕੇ ਮੈਂ ਗੱਲ ਕਰਦੀ ਹਾਂ। ਰਹਿਣਾ ਤਾਂ ਮੈਂ ਸੀ ਪਰ ਹੁਣ ਮੈਂ ਰਹਿੰਦੀ ਹੈਗੀ, ਮੈਂ ਤੁਹਾਡੀ ਕੋਈ ਗੱਲ ਵੇਲੇ ਲਾ ਕੇ ਫੇਰ ਹੀ ਆਊਂਗੀ। ਚਲੋ ਮਰਜ਼ੀ ਆ ਤੁਹਾਡੀ, ਹੁਣ ਤੈਨੂੰ ਦੱਸਣ ਦਾ ਟਾਈਮ ਹੀ ਮਿਲਿਆ, ਇਹਨਾਂ ਤਾਂ ਮੇਰੇ ਕੋਲ ਭਾਪ ਕੱਢੀ, ਉਹ ਤਾਂ ਮੈਂ ਕੁਦਰਤੀ ਮਿਲਣ ਆ ਗਈ, ਮੈਂ ਚਾਹ ਦੋ ਦਿਨ ਲਾ ਕੇ ਆਉਂਦੀ ਹਾਂ, ਤਾਂ ਮੇਰਾ ਤਾਂ ਭਾਈ ਖੜਨੂੰ ਜੀ ਨਹੀਂ ਕੀਤਾ, ਜਾਨ ਸਾਹਿਬ ਤੈਨੂੰ ਫੋਨ ਕਰਿਆ ਮੈਂ। ਤੇ ਜਦੋਂ ਮੈਂ ਛੁੱਟੀ ਆਇਆ ਸੀ ਤੁਸੀਂ ਉਹਦੀ ਮੈਨੂੰ ਸਾਰਾ ਕੁਝ ਦੱਸਦੇ, ਮੈਂ ਤੁਹਾਡੇ ਸਾਹਮਣੇ ਉਹਦੀ ਗੁੱਤ ਕੱਢਦਾ। ਗੁੱਤ ਅਸੀਂ ਤਾਂ ਤੈਨੂੰ ਤਾਂ ਨਹੀਂ ਦੱਸਿਆ ਵੀ ਤੇਰਾ ਘਰ ਖਰਾਬ ਹੁੰਦਾ ਗਾ, ਤੇ ਘਰ ਹੁਣ ਬਚ ਗਿਆ। ਆ ਬਾਪੂ ਦਾ ਮੇਰਾ ਦੇਖ ਲਾ ਕਿੰਨਾ ਢਿੱਲਾ ਹੋਇਆ ਪਿਆ, ਸਿਰਫ ਇੱਕ ਉਹਦੇ ਕਰਕੇ, ਮੈਂ ਤਾਂ ਉਹਨੂੰ ਛੱਡਿਆ ਆਇਆ ਉੱਥੇ, ਇਹ ਤਾਂ ਉਹੀ ਕੰਮ ਹੋ ਗਿਆ ਫਿਰ। ਤੇ ਫਿਰ ਇਹ ਤਾਂ ਇੱਕ ਦਿਨ ਹੋਣਾ ਹੀ ਸੀ, ਕਾਹਨੂੰ ਛੱਡਣੇ ਸੀ ਪੁੱਤ, ਉਹਦੇ ਦਿਮਾਗ 'ਚ ਖਬਰ ਆ ਜਾਂਦੀ ਗੱਲ ਕੋਈ। ਨਾ ਬਾਪੂ, ਪਹਿਲੇ ਨੰਬਰ ਤੇ ਮੈਨੂੰ ਦੇਸ਼ ਹੈ, ਦੂਜੇ ਨੰਬਰ ਤੇ ਮਾਂ ਪਿਓ, ਤੇ ਤੀਜੇ ਨੰਬਰ ਤੇ ਉਹ ਹੈ। ਉਹ ਨਹੀਂ ਪੁੱਤ, ਇਹ ਤਾਂ ਹੁੰਦਾ ਤੁਸੀਂ ਉਹਨੂੰ ਲਿਆ ਤੋ। ਬਾਪੂ ਮੇਰੀ ਗੱਲ ਸੁਣ, ਤੂੰ ਖੜਾ ਹੋ, ਆਪਾਂ ਡਾਕਟਰ ਕੋਲ ਚੱਲਦੇ ਹਾਂ, ਦਵਾਈ ਲੈ ਕੇ ਆਉਣੇ ਆ। ਕੋਲ ਗਏ ਲੈ ਕੇ ਹੋਣੀ ਆ, ਕੋਈ ਗੱਲ ਨਹੀਂ ਬਾਪੂ, ਮੇਰਾ ਕੀ ਫਾਇਦਾ ਡਿਊਟੀ ਤੇ ਲੱਗੇ ਦਾ ਜੇ ਤੈਨੂੰ ਨਾ ਦਵਾਈ ਦਵਾਈ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਈ, ਆ ਜਾ ਭਾਈ, ਬਹਿ ਜਾ ਇੱਧਰ। ਕਿਵੇਂ ਮਾਸਟਰ ਜੀ, ਠੀਕ ਹੋ? ਠੀਕ ਲੱਗਦੇ ਆ, ਦੇਖੀ ਮਾੜਾ ਜਾ। ਬਾਪੂ ਜੀ ਕਿਵੇਂ ਹੋ? ਕਿਵੇਂ ਲੱਗਦੇ ਨੇ? ਦੇਖ ਲਾ ਬਾਈ, ਚੱਲਿਆ ਤਾਂ ਮੈਂ ਬਾਪੂ ਨੂੰ ਦਵਾਈ ਦਵਾਉਣ ਸੀ, ਪਰ ਤੂੰ ਬਹਿ ਜਾ, ਆਇਆ ਤੈਨੂੰ ਮੈਂ ਦੱਸ ਹੀ ਦੇਣਾ ਇਹਦੀਆਂ ਕਰਤੂਤਾਂ ਤੇਰੀ ਭੈਣ ਦੀਆਂ। ਬਾਈ ਗੱਲ ਕੀ ਹੋ ਗਈ, ਭੈਣ ਵੀ ਮੇਰੇ ਕੋਲ ਆਈ ਸੀ, ਕਹਿੰਦੀ ਮੈਨੂੰ ਉੱਥੇ ਛੱਡਿਆ ਆ ਲਾਡੀ। ਬਾਈ ਮੇਰੀ ਗੱਲ ਸੁਣ ਲਾ, ਮੈਂ ਤਾਂ ਸੀ ਉੱਥੇ ਡਿਊਟੀ ਤੇ। ਮੇਰੀ ਗੱਲ ਸੁਣ, ਆਇਆ ਪੁੱਤਰ ਪੁੱਛਣਾ ਕਰਨ ਜਾ ਕੇ ਆਈਏ? ਮੈਂ ਇੱਥੋਂ ਨਹੀਂ ਚਾਹੀਦਾ, ਉਹਨੂੰ ਬੁੜੇ ਨੂੰ ਲੈ ਜਾ, ਉਹਨੂੰ ਰੱਖ ਕੇ ਕੀ ਕਰਾਉਣਾ, ਉਹ ਤਾਂ ਹੁਣ ਖੇਤ ਗਿਆ ਤੇਰੇ ਸਾਹਮਣੇ, ਆਪਾਂ ਬਸ ਪਾਣੀ ਪਿਆ ਕੇ ਆਉਣਾ, ਪੁੱਤ ਬਣ ਕੇ ਮੇਰੇ ਨਾਲ ਆ ਜਾ, ਮੈਨੂੰ ਤਾਂ ਇਕੱਲੀ ਤਾਂ ਨਹੀਂ ਲੋਟ ਆਉਂਦਾ। ਮੈਨੂੰ ਤਾਂ ਮੁਸ਼ਕ ਮਾਰਦੀ ਆ ਪਸ਼ੂਆਂ 'ਚੋਂ, ਮੈਂ ਨਹੀਂ ਕਰ ਸਕਦੀ, ਕਰਿਆ ਜਾਂਦਾ ਕਰ ਲਓ, ਨਹੀਂ ਉਹਨਾਂ ਨੂੰ ਦਫਾ ਕਰੋ ਵਿੱਚੋ। ਐਂ ਕਿਵੇਂ ਵੇਚ ਦਈਏ ਪੁੱਤ, ਇੰਨਾ ਟਾਈਮ ਹੋ ਗਿਆ ਸਾਨੂੰ ਉਹਨਾਂ ਨੂੰ ਸਾਂਭਦਿਆਂ ਨੂੰ, ਹੈ ਹੁਣ ਉਹ ਸੂਣ ਵਾਲੀਆਂ ਦੁੱਧ ਵਾਲੀਆਂ ਹੋਣ ਲੱਗੀਆਂ, ਹੁਣ ਉਹਨਾਂ ਨੂੰ ਅਸੀਂ ਵੇਚ ਦਈਏ। ਕੁੜੀਏ ਤੈਨੂੰ ਇੱਕ ਵਾਰੀ ਸੁਣਦਾ ਨਹੀਂ ਕਿਹਾ, ਜਾਣਾ ਹੈ ਜਾ, ਨਹੀਂ ਜਾਣਾ ਨਾ ਜਾ, ਮੈਂ ਇੱਥੋਂ ਨਹੀਂ ਚਾਹੀਦਾ। ਚੱਲ ਭਾਈ ਮੇਰਾ ਤਾਂ ਕੰਮ ਆ, ਮੈਨੂੰ ਤਾਂ ਕਰਨਾ ਹੀ ਪਊਗਾ, ਤੈਨੂੰ ਤਾਂ ਸਰ ਜੂਗਾ।
ਚੱਕ ਲੈ ਨੂੰ ਜਾਸਾ ਇਹ ਕੀ ਕਹੀ ਜਾਂਦੇ ਆ ਦੇਖ ਮੈਂ ਜਵਾਨ ਕਰਕੇ ਗਿਆ ਸੀ ਇਹਨਾਂ ਨਾਲ ਵੀ ਮੇਰੀ ਭੈਣ ਤੁਹਾਡੀ ਸੇਵਾ ਕਰੂਗੀ ਇਹ ਗੱਲ ਇਹਨਾਂ ਨਾਲ ਮੈਂ ਕਾਰ ਮੱਕੇ ਗਿਆ ਸੀ ਤੇ ਅੱਜ ਤੂੰ ਮੇਰੀ ਨੀਵੀਂ ਪਵਾ ਦਈ ਇਹ ਗੱਲ ਪਿੱਛੇ ਬਾਈ ਇੱਕ ਦਿਨ ਵੀ ਸੇਵਾ ਕੀਤੀ ਸੇਵਾ ਪੁੱਤ ਬਹੁਤ ਕੀਤੀ ਹੈ ਦੂਜੇ ਰੋਡ ਤੇ ਕਰਤੀ ਸ਼ਿਕਰ ਜੇ ਨਹੀਂ ਹੈ ਕਦੀ ਕਰੀ ਤਾਂ ਹੈਗੀ ਨਾ ਉਹ ਨਹੀਂ ਮਾਸੜ ਜੀ ਉਹਦੇ ਵੱਲੋਂ ਮੈਂ ਮਾਫੀ ਮੰਗ ਲੈਣਾ ਹੋ ਸਕਦਾ ਉਹ ਤੋਂ ਜਾਣੇ ਅਣਜਾਣੇ ਚ ਗਲਤੀ ਹੋ ਗਈ ਹੋਵੇ ਪਰ ਉਹ ਇਦਾਂ ਦੀ ਹੈ ਨਹੀਂ ਜਾਣੇ ਅਣਜਾਣੇ ਚ ਨਹੀਂ ਬਾਈ ਜਿੰਨਾ ਚਿਰ ਮੈਂ ਇੱਥੇ ਹੁੰਦਾ ਸੀ ਉਹਨਾਂ ਚਿਰ ਉਹ ਭੋਲੀ ਬਣ ਕੇ ਸਾਰਾ ਕੰਮ ਕਰਦੀ ਸੀ ਜਦੋਂ ਮੈਂ ਪੈਰ ਘਰੋਂ ਬਾਹਰ ਪੱਟ ਲੈਂਦਾ ਸੀ ਸਾਰੇ ਕੰਮ ਬੇਬੇ ਬਾਪੂ ਤੋਂ ਕਰਾਉਂਦੀ ਸੀ ਉਹ ਮਾਸਕੇ ਤੰਗ ਕੀਤਾ ਮੈਂ ਜੱਕਿਆ ਬੋਲਦਾ ਨਹੀਂ ਮੈਂ ਬੋਲਦਾ ਸੀ ਮਾਸਕੇ ਜਾਣ ਕੇ ਤੰਗ ਕਰਦੀ ਸੀ ਜਾਣ ਕੇ ਬਾਪੂ ਤੂੰ ਟੈਨਸ਼ਨ ਨਾ ਲੈ ਚੁੱਪ ਕਰ ਜਾ ਜਸ ਮੈਨੂੰ ਆਪਦੇ ਮਾਂ ਪਿਓ ਤੋਂ ਉੱਤੇ ਕੁਛ ਨਹੀਂ ਉਹਨੂੰ ਆਪਦੇ ਨਾਲ ਲੈ ਜਾ ਮੈਂ ਨੀ ਰੱਖਣੀ ਇੱਥੇ ਕੋਈ ਨੀ ਪੁੱਤ ਜਵਾਕ ਨੂੰ ਹੋ ਜਾਂਦੀਆਂ ਗਲਤੀਆਂ ਹੁਣ ਤੂੰ ਇਹ ਗੱਲ ਦਿਲ ਤੇ ਨਾ ਲਿਆ ਬਾਪੂ ਗੱਲ ਦਿਲ ਤੇ ਲਾਉਣ ਦੀ ਗੱਲ ਨੀ ਤੂੰ ਮੈਨੂੰ ਐਂ ਦੱਸ ਮੈਂ ਤਾਂ ਉੱਥੇ ਦੇਸ਼ ਦੀ ਰਾਖੀ ਕਰਦਾ ਫਿਰਦਾ ਤੇ ਘਰੇ ਮੈਂ ਤੁਹਾਡੀ ਸੇਵਾ ਵਾਸਤੇ ਉਹਨੂੰ ਲਿਆਂਦਾ ਸੀ ਤੇ ਉਹੀ ਤੁਹਾਡੀ ਸੇਵਾ ਨਾ ਕਰੇ ਤਾਂ ਮੈਨੂੰ ਇੱਥੇ ਦੱਸ ਕੀ ਫਾਇਦਾ ਜੇ ਉਹਦਾ ਭਾਈ ਵੀ ਉਹਦੇ ਮੰਗਣ ਲਾ ਕੇ ਕੋਈ ਗੱਲ ਕਹਿੰਦਾ ਆਪਾਂ ਜ਼ਰੂਰ ਇਹ ਗੱਲ ਕਹੋ ਗੱਲ ਨਹੀਂ ਹੁਣ ਉਹਦਾ ਭਾਈ ਵੀ ਸਮਝਦਾ ਹੈ ਇਹ ਦੇਖ ਇਹਦੀ ਨੀਵੀਂ ਪੈ ਗਈ ਇਹ ਦੁੱਧ ਕੀ ਰਹਿ ਗਿਆ ਬਾਈ ਮੇਰੀ ਗੱਲ ਸੁਣ ਲੈ ਉਹਨੂੰ ਦੁਬਾਰੇ ਸਮਝਾ ਲਾ ਸਾਰੀਆਂ ਗੱਲਾਂ ਜੇ ਇਦੂ ਮੁੜ ਕੇ ਇਹ ਗੱਲ ਹੋ ਗਈ ਨਾ ਮੇਰੇ ਡਿਊਟੀ ਜਾਣ ਤੋਂ ਬਾਅਦ ਤਾਂ ਬਾਈ ਮੈਥੋਂ ਬੁਰਾ ਕੋਈ ਨਹੀਂ ਬਾਈ ਉਹ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਦੀ ਇੱਕ ਵਾਰੀ ਮੇਰੀ ਭੈਣ ਨੂੰ ਮਾਫ ਕਰ ਦੇ ਮਾਂ ਪਿਓ ਹੈ ਤੇਰਾ ਮਾਂ ਪਿਓ ਅੱਧਾ ਆਰਾਮ ਤਾਂ ਮੈਨੂੰ ਐਂ ਆ ਗਿਆ ਦਵਾਈ ਲੈ ਲੂਗਾ ਕੋਈ ਨਹੀਂ ਜਵਾ ਠੀਕ ਹੋਜੂ ਪਰ ਮਾਂ ਪਿਓ ਨੇ ਉਸ ਨੀਚੀਆ ਪੁੱਤ ਤੋਂ ਲੈ ਕੇ ਜਾਣਾ ਹੁੰਦਾ ਪਤੀ ਪੁੱਤ ਆ ਕੇ ਕੋਲੇ ਬਹਿ ਜੇ ਦੁੱਖ ਸੁੱਖ ਪੁੱਛ ਲਏ ਸਾਰਾ ਆਰਾਮ ਹੀ ਆ ਜਾਂਦਾ ਮੇਰਾ ਪੁੱਤ ਵੀ ਮੇਰੇ ਕੋਲ ਹੁਣ ਮੇਰੀ ਨੂੰਹ ਵੀ ਮੇਰੇ ਕੋਲ ਹੈ ਮੈਂ ਬਿਲਕੁਲ ਠੀਕ ਹੈ ਹੁਣ ਦਵਾਈ ਆਪਾਂ ਠਹਿਰ ਕੇ ਲਿਆਵਾਂਗੇ ਸਹੀ ਗੱਲ ਕਹਿੰਦਾ ਪੁੱਤ ਤੇਰਾ ਬਾਪ ਜੇ ਤੁਸੀਂ ਸਾਡੇ ਕੋਲ ਹੋ ਵਧੀਆ ਤੁਸੀਂ ਖੁਸ਼ ਰਹਿੰਦੇ ਹੋ ਤਾਂ ਅਸੀਂ ਖੁਸ਼ ਹਾਂ ਤੁਹਾਡੇ ਨਾਲ ਪੁੱਤ ਹੋਰ ਅਸੀਂ ਦੁਨੀਆਂ ਤੋਂ ਇੱਥੋਂ ਲੈ ਕੇ ਜਾਣਾਗਾ ਜਿਹੜਾ ਕੁਛ ਹੈਗਾ ਸਾਰਾ ਕੁਛ ਤੁਹਾਡਾ ਹੀ ਹੈ ਮੈਨੂੰ ਸੱਚੀ ਮਾਫ ਕਰ ਦੋ ਬਾਪੂ ਜੀ ਮੈਂ ਦਿਲੋਂ ਕਦੇ ਵੀ ਨਹੀਂ ਚਾਹਿਆ ਕਿ ਮੈਂ ਤੁਹਾਡਾ ਕੁਛ ਮਾੜਾ ਕਰਾਂ ਜਾਂ ਮੈਂ ਤੁਹਾਨੂੰ ਕੁਛ ਮਾੜਾ ਬੋਲਾਂ ਮਾਂ ਪਿਓ ਦਾ ਦੇਣ ਬੱਚੇ ਜ਼ਿੰਦਗੀ 'ਚ ਕਦੇ ਨਹੀਂ ਦੇ ਸਕਦੇ ਮੈਂ ਪਤਾ ਨਹੀਂ ਮੇਰੀ ਮਾਂ ਦੇ ਮਗਰ ਕਿਵੇਂ ਲੱਗ ਗਈ ਉਹਨੇ ਮੈਨੂੰ ਇਹ ਗੱਲਾਂ ਕਹੀਆਂ ਸੀ ਉਹਨੂੰ ਪਤਾ ਨਹੀਂ ਕਿਹਨੇ ਸਿਖਾਈਆਂ ਸੀ ਕਿ ਸ਼ਾਇਦ ਜੇ ਧੀ ਆਪਦੇ ਘਰੇ ਨਾ ਚੌਧਰ ਕਰੇ ਅਤੇ ਸਾਰਾ ਕੁਛ ਹੱਥ ਥੱਲੇ ਰੱਖੇ ਤਾਂ ਉਹਦਾ ਸਿੱਕਾ ਕਾਇਮ ਰਹਿੰਦਾ ਅਤੇ ਮੈਂ ਉਸ ਲਈ ਤਾਂ ਤੁਰਪੀ ਸੀ ਪਰ ਮੈਨੂੰ ਇਹੋ ਜਿਹੀ ਚੌਧਰ ਨਹੀਂ ਚਾਹੀਦੀ ਮੈਨੂੰ ਸਾਰੇ ਰਿਸ਼ਤੇ ਚਾਹੀਦੇ ਨੇ ਮੈਨੂੰ ਪਿਆਰ ਚਾਹੀਦਾ ਜਿਹੜਾ ਮੈਨੂੰ ਇਸ ਪਰਿਵਾਰ 'ਚ ਆਉਣ ਸਾਰ ਮਿਲਿਆ ਸੀ ਸੱਚੀ ਮੈਂ ਇੱਥੋਂ ਨਹੀਂ ਜਾਣਾ ਚਾਹੁੰਦੀ ਮੈਨੂੰ ਮਾਫ਼ ਕਰ ਦਿਓ ਚੱਲ ਕੋਈ ਨਾ ਪੁੱਤ ਮੈਂ ਦਿਲੋਂ ਮਾਫ਼ੀ ਮੰਗਦੀ ਹਾਂ ਤੁਹਾਡੇ ਤੋਂ ਮੈਨੂੰ ਮਾਫ਼ ਕਰ ਦਿਓ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਇਹੀ ਠੀਕ ਹੈ ਕੋਈ ਗੱਲ ਨਹੀਂ ਅਸੀਂ ਤੁਹਾਡੇ ਤੋਂ ਕੁਛ ਨਹੀਂ ਲੁਕੋ ਕੇ ਰੱਖਿਆ ਸਾਰਾ ਕੁਛ ਤੁਹਾਡਾ ਨਾ ਪੁੱਤ ਤੇਰੇ ਨਾਲ ਕਦੇ ਪਹਿਲਾਂ ਫਰਕ ਕੀਤਾ ਸੀ ਤੇ ਨਾ ਹੀ ਕੋਈ ਹੁਣ ਮਨ 'ਚ ਕੋਈ ਇਹੋ ਜਿਹੀ ਗੱਲ ਬਾਪੂ ਜੀ ਹੁਣ ਤੱਕ ਇਹਨਾਂ ਨੇ ਮੁੱਤ ਹੋਣ ਦਾ ਫਰਜ਼ ਨਿਭਾਇਆ ਹੁਣ ਮੈਂ ਇਹਨਾਂ ਦੇ ਹੁੰਦੇ ਤੁਹਾਡੀ ਨੂੰਹ ਆ ਪਰ ਬਾਅਦ 'ਚ ਪੁੱਤ ਹੋਣ ਦਾ ਫਰਜ਼ ਮੈਂ ਨਿਭਾਉਂਗੀ ਮੈਨੂੰ ਮਾਫ਼ ਕਰ ਦਿਓ ਬਸ ਆਪਦੇ ਦਿਲ 'ਚੋਂ ਮੇਰੇ ਪ੍ਰਤੀ ਜੋ ਵੀ ਨਫ਼ਰਤ ਹੈ ਅੱਜ ਉਹਨੂੰ
ਕੱਢ ਕੇ ਪਲੀਜ਼ ਬਾਹਰ ਛੱਡ ਦਿਓ। ਬਸ ਬਸ ਮਾਫ ਹੀ ਆ। ਚੱਲ ਆਂਟੀ ਪੁੱਤ ਹੋਈ ਮਾਰ ਇੱਕ ਵਾਰ ਜ਼ਰੂਰ ਮਾਫ ਕਰ ਦੇ। ਲਾਡੀ ਕੋਈ ਹੁੰਦਾ ਪੁੱਤ ਕੁਛ ਆਖੇ ਲੱਗ। ਚੱਲ ਠੀਕ ਆ ਬਾਪੂ, ਮੇਰੀ ਤਾਂ ਤੁਹਾਡੀ ਖੁਸ਼ੀ ਦੇ ਵਿੱਚ ਹੀ ਖੁਸ਼ੀ ਹੈ। ਜੇ ਤੁਸੀਂ ਆਏ ਖੁਸ਼ ਹੋ ਤਾਂ ਮੈਂ ਤਾਂ ਤੁਹਾਡੇ ਨਾਲ ਪਹਿਲਾਂ ਹੀ ਖੁਸ਼ ਸੀ। ਜੇ ਤੁਸੀਂ ਖੁਸ਼ ਹੋ ਨਾ ਫੇਰ ਹੀ ਬੇਬੇ ਬਾਪੂ ਖੁਸ਼ ਹੈ। ਬਸ ਠੀਕ ਹੈ। ਤੇਰਾ ਘਰ ਪੱਟ ਕੇ ਖੁਸ਼ ਨਹੀਂ ਹੁੰਦੇ। ਪਤਾ ਕੀ ਗੱਲ ਆ ਬਾਈ, ਜੇ ਰਿਸ਼ਤੇ ਇੱਕ ਵਾਰੀ ਟੁੱਟ ਜਾਣ ਤਾਂ ਉਹਨਾਂ 'ਚ ਗੰਢ ਪੈ ਜਾਂਦੀ ਆ। ਜੇ ਆਪਾਂ ਉਹਨਾਂ ਨੂੰ ਟੁੱਟਣੋਂ ਬਚਾਲ ਗਏ ਤਾਂ ਉਹ ਹਮੇਸ਼ਾ ਜੁੜੇ ਰਹਿੰਦੇ ਆ। ਬਸ ਬਸ ਚੱਲ ਆਇਆ ਕਰ ਜਾ, ਸਾਰੇ ਇਕੱਠੇ ਰਵਾਂਗੇ। ਆਪਾਂ ਇਕੱਠੇ ਤਾਂ ਹੈਗੇ ਆ, ਤੂੰ ਆਇਆ ਕਰ ਹੁਣ। ਸਾਰਿਆਂ ਨੂੰ ਵਧੀਆ ਜੀ ਗੁੜਾਂ ਦੀ ਚਾਹ ਲਿਆ ਬਣਾ ਕੇ। ਮੈਂ ਹੁਣੇ ਬਣਾ ਕੇ ਲਿਆਉਣੀ ਹੈ। ਲੈਸੀਆਂ ਵੀ ਪਾਲੀ ਪੁੱਤ ਦੋ ਗੋ। ਕੋਈ ਗੱਲ ਨਹੀਂ, ਦੋ ਨਹੀਂ ਬਾਪੂ ਜੀ, ਚਾਰ ਪਾਉਂਗੀ। ਬਾਪੂ ਕਹਿੰਦੇ ਨਹੀਂ ਹੁੰਦੇ ਦੇਰ ਆਇਆ ਦਰੋਸਤ ਆਇਆ, ਕਹਿੰਦੇ ਅਕਲ ਆ ਗਈ ਚਾਹੇ ਟਾਈਮ ਤੇ ਆ ਗਈ, ਜਿਵੇਂ ਆ ਗਈ ਚੰਗੀ ਹੁੰਦੀ ਆ। ਉਹਨੂੰ ਗਵਾਚਿਆ ਨਾ ਗਿਣ ਜਿਹੜਾ ਹੱਥ ਨੂੰ ਘਰੇ ਆ ਜੇ। ਹਾਂ ਇਹ ਤਾਂ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਸਾਡੀ ਵੀਡੀਓ ਪਰਿਵਾਰ ਨਾਲ ਸੰਬੰਧਿਤ ਹੈ। ਜਿਵੇਂ ਕਿ ਅੱਜ ਕੱਲ ਬੱਚੇ ਆਪਣੇ ਮਾਪਿਆਂ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਆਪਣੇ ਆਪ ਤੇ ਉਹਨਾਂ ਨੂੰ ਬੋਝ ਸਮਝਦੇ ਨੇ। ਜੋ ਬੱਚਿਆਂ ਨੂੰ ਮਿਠਾਸ ਆਪਣੇ ਇਕੱਠੇ ਪਰਿਵਾਰ ਵਿੱਚੋਂ ਮਿਲ ਸਕਦੀ ਹੈ, ਉਹ ਸ਼ਾਇਦ ਹੀ ਇਕੱਲੇ ਰਹਿ ਕੇ ਉਹਨਾਂ ਨੂੰ ਮਹਿਸੂਸ ਹੁੰਦੀ ਹੋਵੇ। ਪਲੀਜ਼ ਇਸ ਵੀਡੀਓ ਨੂੰ ਦੇਖੋ ਤੇ ਦੇਖ ਕੇ ਸਾਨੂੰ ਜ਼ਰੂਰ ਦੱਸੋ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਮੈਸੇਜ ਮਿਲਿਆ ਤੇ ਕਿਹੋ ਜਿਹੀ ਲੱਗੀ, ਕਿਸ ਕਰੈਕਟਰ ਦੀ ਤੁਹਾਨੂੰ ਐਕਟਿੰਗ ਵਧੀਆ ਲੱਗੀ ਜਾਂ ਕਿਸ ਦੀ ਮਾੜੀ ਲੱਗੀ, ਕੀ ਕਮੀਆਂ ਪੇਸ਼ੀਆਂ ਰਹੀਆਂ ਨੇ ਉਹ ਸਾਨੂੰ ਵਿਊਜ਼ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸੋ। ਬਾਕੀ ਸਰ ਬੋਲਣਗੇ ਅੱਗੇ। ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਨਵੀਆਂ ਨਵੀਆਂ ਵੀਡੀਓ ਤੁਹਾਡੇ ਲਈ ਅਸੀਂ ਲੈ ਕੇ ਅੱਗੇ। ਸਤਿ ਸ਼੍ਰੀ ਅਕਾਲ।